ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਪਿਤਾ ਦਾ ਅੱਜ ਅੰਤਿਮ ਸੰਸਕਾਰ ਕੀਤਾ ਗਿਆ। ਕਾਬਿਲੇ ਗੌਰ ਹੈ ਕਿ ਬੈਂਸ ਦੇ ਪਿਤਾ ਮੋਹਨ ਸਿੰਘ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਮੋਹਨ ਸਿੰਘ ਬੈਂਸ ਕਾਫ਼ੀ ਬਿਮਾਰ ਸਨ, ਜਿਸ ਕਾਰਨ ਉਹਨਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ, ਜਿੱਥੇ ਉਹਨਾਂ ਨੇ ਆਖਰੀ ਸਾਹ ਲਏ। ਬੈਂਸ ਭਰਾਵਾਂ ਨਾਲ ਦੁੱਖ ਸਾਂਝਾ ਕਰਨ ਲਈ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਵਿਧਾਇਕ ਐਚ ਐਸ ਫੂਲਕਾ ਸਣੇ ਹੋਰ ਵੀ ਸਿਆਸੀ ਧਾਰਮਿਕ ਆਗੂ ਮੌਜੂਦ ਸਨ। ਯੁੱਗ ਦਾ ਅੱਜ ਅੰਤ ਹੋਇਆ ਹੈ ਅਤੇ ਮੈਂ ਸਮਝਦਾ ਕਿ ਅੱਜ ਦੇ ਦਿਨ 'ਤੇ ਅਸੀਂ ਸਾਰੇ ਦੋਨੋਂ ਹੀ ਬੈਂਸ ਬ੍ਰਦਰਸ ਨਾਲ ਅੱਜ ਉਹਨਾਂ ਦੇ ਦੁੱਖ ਸ਼ਰੀਕ ਹੁੰਦੇ ਹਾਂ ਅਤੇ ਪਰਮਾਤਮਾ ਮੂਹਰੇ ਇਹ ਦੁਆ ਕਰਦੇ ਹਾਂ ਵੀ ਉਹ ਪਵਿੱਤਰ ਆਤਮਾ ਨੂੰ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ, ਪਿੱਛੇ ਸਾਰੇ ਪਰਿਵਾਰ ਨੂੰ ਹੈ ਜਿਹੜਾ ਉਹ ਬਲ ਬਖਸ਼ਣ, ਤਾਕਤ ਬਖਸ਼ਣ ਅਤੇ ਇਸੇ ਤਰੀਕੇ ਨਾਲ ਜਿਹੜੇ ਉਹਨਾਂ ਦੇ ਫਾਦਰ ਜਿਹੜੇ ਰਾਹ 'ਤੇ ਉਹਨਾਂ ਨੂੰ ਪਾ ਕੇ ਗਏ ਨੇ ਉਹ ਰਾਹ 'ਤੇ ਉਹ ਸੇਵਾ ਕਰਦੇ ਰਹੇ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ।